biggest South Asian media group, Y Media. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਕਿ ਨਿਊਯਾਰਕ ਦੇ ਵਿੱਚ ਹੈਗੇ ਨੇ ਔਰ ਦ ਸਮਿਟ ਫਾਰ ਫਿਊਚਰ ਇਹਦੇ ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਕਿਹਾ ਹੈਗਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਵਰਲਡ ਲੀਡਰਸ ਨੇ ਆਪਣੇ ਵੱਖਰੇਵੇਂ ਛੱਡ ਕੇ ਸਾਨੂੰ ਜਿਹੜੀ ਕਾਮਨ ਚੀਜ਼ਾਂ ਨੇ ਉਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਸੀਂ ਦੱਸ ਦਈਏ ਕਿ ਜਿੱਥੇ ਇਸ ਸਮਿਟ ਫਾਰ ਫਿਊਚਰ ਦੇ ਵਿੱਚ ਉਨ੍ਹਾਂ ਨੇ ਕਿਹਾ ਹੈਗਾ ਕਿ ਡਿਫਰੈਂਸਿਸ ਨੂੰ ਛੱਡੋ, ਸੀਰੀਅਸ ਗਲੋਬਲ ਚੈਲੰਜਸ ਹੈਗੇ ਨੇ ਔਰ ਲੈਟਸ ਡਿਲੀਵਰ ਔਨ ਦਾ ਪੈਕਟ ਫਾਰ ਦਾ ਫਿਊਚਰ। Instability undermining the very foundations of the international order beset by the increasingly dire costs of climate change, contending with rising inequality that is leaving the most vulnerable behind, plagued by the erosion of women's rights, LGBT plus rights, and indigenous rights, and grappling with dire humanitarian crises perpetuating record levels of displacement, we have a choice. On the one hand, we can bury our heads in the sand, eschewing multilateralism in favor of short-sighted self-interest, or we can recognize that collectively we have a responsibility to set our differences aside, to confront the serious global challenges, and to deliver on a pact for the future that builds a more peaceful world, but also one where everyone, every generation, has a real and fair shot. ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਮਰੀਕਾ ਦਾ ਦੌਰਾ, ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ 'ਚ ਜੋ ਗੱਲਬਾਤ ਕਰ ਰਹੇ ਨੇ, ਪੈਕਟ ਆਫ ਫਿਊਚਰ ਜੋ ਗੱਲਬਾਤ ਕਰ ਰਹੇ ਨੇ, ਉਹਦੇ ਬਾਰੇ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਉੱਥੇ ਹੀ ਅਸੀਂ ਦੱਸ ਦਈਏ ਕਿ ਦੁਨੀਆ ਭਰ ਦੇ ਲੀਡਰਸ ਜਿਹੜੇ ਪਹੁੰਚੇ ਹੋਏ ਨੇ ਇਸ ਵੇਲੇ ਅਮਰੀਕਾ ਦੇ ਵਿੱਚ, ਸਾਰੀ ਡਿਟੇਲ ਰਿਪੋਰਟ ਲਗਾਤਾਰ ਅਸੀਂ ਵਾਈ ਮੀਡੀਆ ਤੇ ਪੇਸ਼ ਕਰ ਰਹੇ ਹਾਂ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।